ਜੀ ਦੇਖੋ, ਇਸ ਤਰ੍ਹਾਂ ਹੈ ਕਿ ਇਸ ਹੋਸਪਿਟਲ 'ਚ ਜਿਹੜੀ ਇੱਕ ਸਭ ਤੋਂ ਵੱਡੀ ਦਿੱਕਤ ਹੈ ਔਰ ਜਿਹਦੇ ਬਾਰੇ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਸਬ ਡਿਵੀਜ਼ਨਲ ਹੋਸਪਿਟਲ ਹੈ, ਇੱਥੇ ਇੱਕ ਬਹੁਤ ਵਧੀਆ ਐਂਬੂਲੈਂਸ ਸਾਡੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਪੇਸ਼ੈਂਟ, ਕਿਉਂਕਿ ਇਹ ਪੇਸ਼ੈਂਟ ਕੌਂਸ਼ੀਅਸ, ਅਨਕੌਂਸ਼ੀਅਸ, ਸੈਮੀ ਕੌਂਸ਼ੀਅਸ ਸਟੇਟ 'ਚ ਸੀ, ਇਸ ਪੇਸ਼ੈਂਟ ਨੂੰ ਹਾਇਰ ਸੈਂਟਰਸ 'ਤੇ ਰੈਫਰ ਕਰਨਾ ਬਣਦਾ ਸੀ, ਗੁਰੂ ਨਾਨਕ ਹੋਸਪਿਟਲ ਜਾਂ ਉਸ ਤੋਂ ਵੀ ਅੱਗੇ ਜੇ ਪੋਸੀਬਲ ਆ ਫੋਰ ਸਕੈਨਸ ਇਹ ਪੇਸ਼ੈਂਟ ਰੈਫਰ ਹੋਣਾ ਚਾਹੀਦਾ ਸੀ। ਬਟ ਇੱਕ ਪੇਸ਼ੈਂਟ ਦੇ ਨਾਲ ਅਟੈਂਡੈਂਟ ਕੋਈ ਨਹੀਂ, ਸ਼ੁਰੂਆਤੀ ਦੌਰ 'ਚ 108 ਵਾਲੇ ਕਹਿੰਦੇ ਕੋਈ ਅਕੰਪਨਿੰਗ ਪਰਸਨ ਹੋਣਾ ਚਾਹੀਦਾ, ਉਸ ਟਾਈਮ ਅਸੀਂ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਬਟ ਉਹਨਾਂ ਦੀ ਕੋਈ ਵੀ ਬਾਬਾ ਕੁਛ ਕਹਿੰਦੇ ਬਿਆਸ ਵਾਲੇ ਹੈਗੇ ਉੱਥੇ ਐਂਟਰ ਕਰਨਾ, ਕੁਛ ਕਹਿੰਦੇ ਨਹੀਂ ਇੱਥੇ ਕਰਨਾ, ਆਪਸ 'ਚ ਉਹਨਾਂ ਦੀ ਸਲਾਹ ਨਹੀਂ ਬਣੀ। ਫਿਰ ਬੜੀ ਲੇਟ ਸਲਾਹ ਬਣੀ, ਫਿਰ ਉਹ ਅਕੰਪਨਿੰਗ ਪਰਸਨ ਆਏ, ਉਸ ਟਾਈਮ ਫਿਰ 108 ਨੂੰ ਫੋਨ ਕੀਤਾ ਗਿਆ ਕਿ ਹੁਣ ਪੁਲਿਸ ਵਾਲੇ ਵੀ ਸਾਡੇ ਨਾਲ ਆ ਗਏ ਆ ਫੋਰ ਸਕੈਨਸ, ਇਹਨੂੰ ਅੰਮ੍ਰਿਤਸਰ ਲੈ ਕੇ ਜਾਇਆ ਜਾਵੇ। ਬਟ ਉਹ ਉਹਨਾਂ ਨੇ ਮਤਲਬ 108 ਵਾਲਿਆਂ ਨੇ ਕਹਿੰਦੇ ਕਿ ਇਸ ਟਾਈਮ 'ਤੇ ਗੱਡੀ ਕੋਈ ਅਵੇਲੇਬਲ ਨਹੀਂ। ਸਾਡੀ ਮੈਡੀਕਲ ਔਫੀਸਰ ਲਗਭਗ 2 ਘੰਟੇ ਫੋਨ 'ਤੇ ਟਰਾਈ ਕਰਦੀ ਰਹੀ ਕਿ ਗੱਡੀ ਮਿਲ ਜਾਏ, 108 ਦੀ ਅਵੇਲੇਬਿਲਿਟੀ ਹੋ ਜਾਏ, ਜੋ ਕਿ ਹੋ ਨਹੀਂ ਪਾਈ। ਉਸ ਤੋਂ ਬਾਅਦ ਜੋ ਪੋਸੀਬਲ ਟਰੀਟਮੈਂਟ, ਜਿੰਨਾ ਕਿ ਇਸ ਫੈਸਿਲਿਟੀ 'ਚ ਪੋਸੀਬਲ ਟਰੀਟਮੈਂਟ ਹੈ ਹੋ ਸਕਦਾ, ਉਹਨਾਂ ਕੀਤਾ ਗਿਆ। ਬਟ ਹੁਣ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਸੀਰੀਅਸ ਸੀ, ਰਾਦਰ ਉਹ ਪਿਛਲੇ 2 ਦਿਨ ਤੋਂ ਸੀਰੀਅਸ ਹੀ ਚੱਲ ਰਿਹਾ ਸੀ, ਇਸ ਕਰਕੇ ਅੱਜ ਪੇਸ਼ੈਂਟ ਉਹ ਸਵੇਰੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਉਹ ਹੁਣ ਨਹੀਂ ਰਿਹਾ। ਇਹ ਪੇਸ਼ੈਂਟ ਅਨਨੋਨ ਪੇਸ਼ੈਂਟ ਸੀਗਾ, ਇਹ 11 ਤਰੀਕ ਨੂੰ ਆਇਆ ਸੀਗਾ ਇਹ, ਠੀਕ ਹੈ ਜੀ, ਤੇ 2:40 ਤੇ ਠੀਕ ਹੈ ਜੀ, ਇਹਨੂੰ ਇਹਨੂੰ 108 ਜਿਹੜੀ ਐਂਬੂਲੈਂਸ ਆ ਉਹ ਲੈ ਕੇ ਆਈ ਸੀਗੀ। ਉਹ ਕਿਹੜੀ ਜਗ੍ਹਾ ਤੋਂ 108 ਪਤਾ ਨਹੀਂ ਕਿੱਥੋਂ ਲੈ ਕੇ ਆਈ, 108 ਵਾਲੇ ਤੁਹਾਨੂੰ ਦੇਖ ਕਿੱਥੋਂ ਲੈ ਕੇ ਨਹੀਂ, ਸਾਨੂੰ ਉਹ ਹੈਂਡਓਵਰ ਕਰਕੇ ਗਏ ਉਹ, ਠੀਕ ਹੈ ਜੀ, ਅਤੇ ਉਹਦਾ ਮਤਲਬ ਹੁਣ ਉਹਦੀ ਅਨਕੌਂਸ਼ੀਅਸ ਸਟੇਜ ਵਿੱਚ ਸੀਗਾ ਉਹ ਪੇਸ਼ੈਂਟ ਦਾ, ਉਦੋਂ ਦੀ ਉਹਨਾਂ ਦੀ ਟ੍ਰੀਟਮੈਂਟ ਚੱਲਦੀ ਸੀਗੀ ਉਹ, ਅਤੇ ਅੱਜ ਉਹ ਪੇਸ਼ੈਂਟ ਉਹ ਕਲੈਪਸ ਹੋ ਗਿਆ, ਉਹ ਪੇਸ਼ੈਂਟ ਉਹਦਾ ਕਾਰਡੀਕ ਅਰੈਸਟ ਹੋਣ ਨਾਲ ਉਹਦੀ ਡੈਥ ਹੋ ਗਈ ਉਹਦੀ। ਸਰ 11 ਤਰੀਕ ਨੂੰ ਆਇਆ ਅਤੇ ਕਿੰਨੇ ਵਜੇ ਆਇਆ? 11 ਤਰੀਕ 2:40 ਤੇ।